अस्सलाम वालेकुम। आई होप आप सब लोग ठीक होंगे। अच्छा जी, ये जो कारीगर हैं ये आए हुए हैं घोड़े के जो नीचे, ये आपको नज़र आ रहा है ना, ये उसके गिर गए हैं क्योंकि उसको रोड पे दौड़ाया है कल, तो वो गिर गए हैं, तो उसको अब लगा रहे हैं क्योंकि ये नीचे ज़रूर लगते हैं। जिन लोगों को नहीं पता तो उनको मैं बताता चलूँ कि ये घोड़े के नीचे लगाए जाते हैं जब वो रोड पर चढ़ता है, तो ये रोड पर लगते हैं ताकि उसके पाँव में तकलीफ़ नहीं होती। तो वो उसके गिर गया, अब ये सारे नहीं लगा रहे हैं, तो ये इन्होंने पहले जो है बने बनाए लेके आए ये भाई साहब, और अब इसको जो है उसके साइज़ की तरह अब ये काट रहे हैं, सेट कर रहे हैं, अब जो है वो घोड़े को लगाएंगे। किस तरह भाई? भाई जिस तरह क्लिप नहीं निकले वाले, हाँ इस तरह कढ़ा के फिर बनाएगा। ये जो है ये पहले के लगे हुए हैं क्योंकि कुछ गिरे हैं ना उसके, दो या तीन गिरे हैं, तो ये पहले वाले हैं, ये अब उतार रहे हैं इनको ना, तो उतार के तो फिर नए वाले जो हैं वो इसके ऊपर लगाएंगे। ਨਾ ਤੇਲ ਪਾਣ ਜੋਗੇ ਤੇ ਫਿਰ ਰੇਤ ਨੇ ਕੰਮ ਖਰਾਬ ਕਰਨਾ। ਛੋਣਾ ਥੋੜ ਥੋੜ ਥੱਲੇ ਕਿਹੜੀ ਲੋੜ ਹੈ ਸਾਫ ਜਿਹੜਾ ਰਾਤੀ ਬੰਨੋ ਨਾ, ਸਵੇਰੇ ਕੋਈ ਛੁਰੀ ਛੁਰੀ ਲੈ ਕੇ ਤੇ ਚੁੱਕੇ ਨਾ ਪਿੱਛੇ ਸਾੜ ਦਿਓ ਥੱਲੇ ਪੱਕੀ ਜਗ੍ਹਾ ਤੇ, ਯਾਨੀ ਕਿ ਹਾਂ ਰੇਤ ਕੱਢ ਛੋਣਾ ਥੱਲੇ, ਹਾਂ ਭੇਜ ਅਸੀਂ ਹਾਂ ਕਿਉਂ ਨਹੀਂ ਮੈਂ ਥੱਲੇ ਮੇਰੇ ਵਾਲੀ ਘੋੜੀ ਬਹਿ ਜਾਂਦੀ ਹੈ ਪੱਕੇ ਤੇ, ਇਹ ਨਹੀਂ ਮਿਲਣਾ ਕਰਨਾ ਇਸ ਤਰ੍ਹਾਂ ਤਾਂ ਥੱਲੇ ਕਰੀ ਤੇ ਰੇਤੂ ਤੇ ਚਲੋ ਪੋੜੀ ਉਹ ਗੱਲ ਠੀਕ ਹੈ, ਪਰ ਇਹ ਜਿਹੜੀ ਕੰਮ ਹੈ ਨਾ ਇਹਦਾ, ਹਾਂ ਇਹ ਵਿੱਚ ਰੇਤ ਫਸ ਜਾਏ ਫਿਰ ਕੰਮ ਖਰਾਬ ਹੋ ਜਾਂਦਾ। ਉਹ ਆਖਿਆ ਨਾ ਸਵੇਰੇ ਜਰਾ ਉੱਠ ਕੇ ਸਾਫ਼ ਸੂਫ਼ ਕਰ ਲਿਆ ਨਾ, ਕੋਈ ਛੁਰੀ ਇਹ ਰੱਖ ਦਾ ਕੋਲ ਜਿਹੜੀ ਮਾਰ ਕੇ ਸਾਫ਼ ਕਰ ਦਿੱਤੀ। ਬਛੇਰੀਆਂ ਦੇ ਪੈਸਾ ਮੈਂ ਕਿਹਾ ਟਾਈਮ ਹੀ ਕੋਈ ਨਹੀਂ ਇੰਨਾ ਹੋਣਾ।
ਕੋਲ ਲਾ ਜਾਣਾ ਤਾਂ ਬਾਕੀ ਬਿੱਲ ਨੂੰ ਲਾ ਜੀ ਕਰੋ ਆਪੂ ਤੇ ਬਣ ਜੇ ਬਣ ਜੇ ਫਿਰ ਸਹੀ ਰਹੇ ਤਕਲੀਫੇ ਜੇ ਬਹਿ ਕੇ ਸਰਾਂ ਦਾਣੇ ਲੱਗੀ ਹੈ ਖਾਣ ਦੀ ਸਿਰਫ ਸਿਰਫ ਬਰੋਫ ਨਾ ਸਿਰਫ ਸਿਰਫ ਚਾਹ ਛੜੇਗਾ ਦਰਸ਼ਨ ਨਾ ਕਰ ਚਲੋ ਤੋ ਤੜੀ ਤੇ ਪੱਟੀਆਂ ਮਾਰੀਆਂ ਨੇ ਨਵੀਆਂ ਹੈ ਨਾ ਪਈਆਂ ਤਾਂ डब्बा पड़ा है साढ़े को लै के गए ਕੋਲੂ ਤੇ ਨਹੀਂ ਸਿੱਖੇ ਉਹ ਮੈਂ ਲਾਹੌਰ ਨਾਲ ਬੰਦਾ ਤਾਂ ਗੋਰੀ ਆ ਕੇ ਤਰੇ ਚਾਰ ਵਾਰੀ ਮੇਰੇ ਲੈ ਕੇ ਗਈ ਆ ਫਿਲਮਾਂ ਬਣਾ ਕੇ ਪਹਿਲੇ ਕੋ ਨਹੀਂ ਸੀ ਸੁਣੇ ਇਹ ਅੱਜ ਕੋਈ 50 ਸਾਲ ਦੀ ਗੱਲ ਹੈ ਜਿਸਲੇ ਉਹ ਤਰੇ ਚਾਰ ਵਾਰੀ ਫਿਲਮ ਬਣਾ ਕੇ ਲੈ ਕੇ ਗਈ ਜੀ ਤੁਹਾਡੀ ਸਾਡੀ ਕਿਉਂ ਨਸਲ ਲੈਂਦੇ ਮੁਸਲਮਾਨਾਂ ਦੀ ਸਾਡੇ ਮਹੱਲੇ ਤਰੇ ਚਾਰ ਮੁੰਡੇ ਜਿਹੜੇ ਉੱਥੇ ਗੋਰੀਆਂ ਨਾਲ ਵਿਆਹ ਹੋਏ ਦੋ ਦੋ ਤਰੇ ਤਰੇ ਬੱਚੇ ਹੋ ਗਏ ਨੇ ਤੇ ਤਲਾਕਾਂ ਲੈ ਲਈਆਂ ਨੇ ਉਹਨਾਂ ਉਹਨੇ ਚਲੋ ਉਹ ਮਨ 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 ਉਹ ਗਾ ਮੇਰੇ ਸੇ ਫਸੇ ਨਹੀਂ ਕੋਲ ਆਵਾ ਜੀ ਕੋਲ ਸਾਡੇ ਲੋਕਾਂ ਨੂੰ ਤਾਂ ਮਗਰ ਜੀ ਗੱਲ ਹੀ ਨਹੀਂ ਆਉਂਦੀ ਕਿ ਵੀ ਇਹ ਚੱਕਰ ਕੀ ਹੈ ਸਾਡੀ ਮੁਸਲਮਾਨ ਕੌਮ ਜਿਤਨੀ ਦਲੇਰ ਹੈ ਨਾ ਇਤਨੀ ਉਹ ਨਹੀਂ ਹੈ ਦਲੇਰ ਉਹਨਾਂ ਨੂੰ ਪਤਾ ਕਿ ਜਿਹੜਾ ਪਿਛਾ ਨਹੀਂ ਹਟਣਾ ਕੌਣ ਮੇਰਾ ਨਿੱਕਾ ਬੱਚਾ ਨਾ ਸਾਰਿਆਂ ਤੋਂ ਉੱਥੇ ਜਨਾਬ ਗੋਏ ਹੋਣ ਪਿਓ ਨੂੰ ਲੈ ਆਈਏ ਮੈਂ ਸੋਹਣਿਆਂ ਨੂੰ ਨਿੱਕਾ ਕਰਨਾ ਚਾਹੁੰਦੀ ਉਹ ਆਖਦਾ ਬਾਪੂ ਜੀ ਹੈਗਾ ਮੈਂ ਕਿਹਾ ਨਾ ਅਸੀਂ ਇਹ ਕੰਮ ਹੀ ਨਹੀਂ ਕਰਦੇ ਇਹ ਇਹਨਾਂ ਨੇ ਤਕਰੀਬਨ 3 ਲਗਾਈ ਹੈ ਖੁਰੀਆਂ ਖੁਰੀਆਂ ਕਹਤੇ ਹਮ ਇਸੇ और काफ़ी मेहनत का काम है एक को लगाने में जो है कम से कम जो है 30 मिनट लगे हैं और 3 लगाई हैं बहुत ही मेहनत वाला काम है ये लेकिन अब ये है कि घोड़े के पांव नए हो गए हैं अब ये दोबारा रोड पे भाग सकता है।